ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਲੋ, ਲਾਈਵ ਸਟਾਰਟ ਹੋ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੀ ਆਪਣੀ ਸੁਣਨ ਦਾ। ਔਰ ਪੂਰੇ ਟਾਈਮ 'ਤੇ 5 ਵਜੇ ਲਾਈਵ ਹੋਣ ਲਈ ਕਿਹਾ ਸੀ ਔਰ ਲਾਈਵ ਆ ਗਏ ਤੁਹਾਡੇ ਸਾਰਿਆਂ ਦੇ ਲਈ। ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ 2 ਪੇਜਿਸ ਤੋਂ ਲਾਈਵ ਹਾਂ। ਇੱਕ ਇਸ ਪੇਜ ਤੋਂ, ਇੱਕ ਮੈਂ ਆਪਦੀ ਟੀਮ ਅਮਰ ਆਡੀਓ ਦੇ ਪੇਜ ਤੋਂ ਵੀ ਲਾਈਵ ਹਾਂ। ਤੁਸੀਂ ਉੱਥੇ ਵੀ ਦੇਖ ਸਕਦੇ ਹੋ ਜਿਨ੍ਹਾਂ ਨੇ ਮੈਨੂੰ ਉੱਥੋਂ ਫੋਲੋ ਕੀਤਾ ਹੋਇਆ, ਉੱਥੇ ਵੀ ਅਪਡੇਟਸ ਪੂਰੀਆਂ ਹੁੰਦੀਆਂ। ਸੋ ਤੁਸੀਂ ਦੋਨਾਂ ਪੇਜਿਸ ਤੋਂ ਲਾਈਵ ਦੇਖ ਸਕਦੇ ਹੋ। ਸੋ ਹੈਲੋ, ਸਤਿ ਸ਼੍ਰੀ ਅਕਾਲ ਔਨ ਅਮਰ ਆਡੀਓ ਪੇਜ। ਸੋ ਸਾਰਿਆਂ ਨੂੰ ਬਹੁਤ ਸਾਰੀਆਂ ਸੋ ਮੈਸੇਜਿਸ ਆਉਣੇ ਸ਼ੁਰੂ ਹੋ ਗਏ ਸਾਰਿਆਂ ਦੇ। ਥੰਬਸ ਅਪ, ਹਾਰਟਸ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਸੋ ਐਂਡ ਕਮੈਂਟਸ ਆ ਰਹੇ ਆ। ਔਰ ਹਾਂਜੀ, ਮੈਂ ਕਿਹਾ ਸੀ ਕਿ ਇੱਕ ਸਪੈਸ਼ਲ ਅਨਾਊਂਸਮੈਂਟ ਦੇ ਲਈ ਅੱਜ ਲਾਈਵ ਆਉਣਾ। ਐਂਡ ਉਹ ਸਪੈਸ਼ਲ ਅਨਾਊਂਸਮੈਂਟ ਜਿਹੜੀ ਆ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਮੇਰੀ ਪੂਰੀ ਟੀਮ ਲਈ ਬਹੁਤ ਇੰਪੋਰਟੈਂਟ ਹੈ। ਸੋ ਉਹ ਚੀਜ਼ ਜਿਹੜੀ ਸੀ, ਮੈਂ, ਕਿਉਂਕਿ ਤੁਹਾਨੂੰ ਪਤਾ ਮੈਂ ਕੋਈ ਵੀ ਚੀਜ਼ ਜਿਹੜੀ ਸ਼ੇਅਰ ਕਰਦੀ ਹਾਂ, ਕੁਛ ਵੀ ਨਵਾਂ ਕਰਦੀ ਹਾਂ, ਕੋਈ ਵੀ ਚੀਜ਼ ਹੁੰਦੀ ਹੈ, ਮੈਂ ਸਭ ਤੋਂ ਪਹਿਲੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਸਾਰਿਆਂ ਦੇ ਨਾਲ। ਤੁਸੀਂ ਇੰਨੀਆਂ ਬਲੈਸਿੰਗਸ ਦਿੰਦੇ ਹੋ, ਇੰਨੀ ਸਪੋਰਟ ਕਰਦੇ ਹੋ, ਤਾਂ ਸਾਰਾ ਕੁਝ ਫਿਰ ਬਹੁਤ ਸੋਹਣਾ ਸੋਹਣਾ ਹੁੰਦਾ। ਸੋ ਸਭ ਤੋਂ ਪਹਿਲੀ ਗੱਲ ਜਿਹੜੀ ਅਨਾਊਂਸਮੈਂਟ ਆ ਉਹ ਇਹ ਆ ਕਿ ਐਲਬਮ ਆ ਰਹੀ ਹੈ। ਐਲਬਮ ਦੇ ਵਿੱਚ ਕਿੰਨੇ ਗਾਣੇ ਹੋਣਗੇ? ਐਲਬਮ ਦੇ ਵਿੱਚ 9 ਗਾਣੇ ਹੋਣਗੇ ਅਤੇ 9 ਗਾਣਿਆਂ ਦੀ ਐਲਬਮ ਆ ਰਹੀ ਆ ਅਤੇ ਉਹਦੇ ਨਾਲ ਆ ਰਿਹਾ ਗਾਣਾ ਨਵਾਂ। ਅਤੇ ਗਾਣਾ ਆ ਰਿਹਾ ਜੀ ਨਵਾਂ, ਅਤੇ ਉਹਦਾ ਜਿਹੜਾ ਓਫੀਸ਼ੀਅਲ ਪੋਸਟਰ ਆ ਕੱਲ੍ਹ ਨੂੰ ਹੋਊਗਾ ਲਾਂਚ, ਕੱਲ੍ਹ ਸ਼ਾਮੀ 5 ਵਜੇ। ਸਾਰੇ ਜਣੇ ਤੁਸੀਂ ਨੋਟ ਡਾਊਨ ਕਰ ਲਓ, ਕੱਲ੍ਹ ਸ਼ਾਮ ਨੂੰ 5 ਵਜੇ ਪਹਿਲੇ ਗਾਣੇ ਦਾ, ਐਲਬਮ ਦੇ ਪਹਿਲਾ ਗਾਣਾ ਰਿਲੀਜ਼ ਹੋਣ ਜਾ ਰਿਹਾ। ਡੇਟ ਐਂਡ ਉਹਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਕੱਲ੍ਹ ਨੂੰ ਤੁਹਾਨੂੰ ਪੋਸਟਰ 'ਚ ਸਾਰਾ ਆਜੂਗਾ। ਅਤੇ ਕੱਲ੍ਹ ਨੂੰ ਪਹਿਲਾ ਗਾਣਾ ਰਿਲੀਜ਼ ਹੋਊਗਾ ਅਤੇ ਕਿੰਨੇ ਵਜੇ ਹੋਊਗਾ? 5 ਵਜੇ ਪੋਸਟਰ ਲਾਂਚ ਹੋਊਗਾ। ਔਰ ਮੈਨੂੰ ਪੂਰੀ ਉਮੀਦ ਆ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦੇਣਾ, ਤੁਸੀਂ ਸਾਰਿਆਂ ਨੇ ਬਹੁਤ ਸ਼ੇਅਰ ਕਰੋਗੇ। ਐਂਡ ਇਹ ਮੇਰੇ ਲਈ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਆ ਬਿਕੋਜ਼ ਪਹਿਲੀ ਵਾਰ ਐਲਬਮ ਆ ਰਹੀ ਹੈ ਕੰਪਲੀਟ, 9 ਗਾਣਿਆਂ ਦੀ ਐਲਬਮ ਆ ਰਹੀ ਆ। ਔਰ ਬਹੁਤ ਮਿਹਨਤ ਕੀਤੀ ਹੈ ਇਸ ਐਲਬਮ ਦੇ ਉੱਪਰ, 9 ਗਾਣੇ ਸਾਰੇ ਰੰਗ ਅਸੀਂ ਇਹਦੇ ਵਿੱਚ ਰੱਖੇ ਹੋਏ ਆ। ਬੀਟ ਵੀ ਆ, ਰੋਮੈਂਟਿਕ ਵੀ ਆ, ਸੈਡ ਵੀ ਆ ਐਂਡ ਸੈਡ ਰੋਮੈਂਟਿਕ ਵੀ ਆ। ਸਾਰੇ ਗਾਣੇ ਮੈਨੂੰ ਬਹੁਤ ਪਸੰਦ ਆ। ਔਰ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰੀਆਂ ਵੀਡੀਓਜ਼ ਵਾਇਰਲ ਹੋਈਆਂ ਸੀ, ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਸੀ, ਤੁਹਾਡੇ ਪਿਆਰ ਦੇ ਕਰਕੇ। ਪਹਿਲਾਂ ਤੁਸੀਂ ਮੈਨੂੰ ਵੀਡੀਓਜ਼ ਦੇ ਥਰੂ ਇੰਨਾ ਪਿਆਰ ਦਿੱਤਾ, ਫਿਰ ਉਸ ਪਿਆਰ ਤੋਂ ਮੈਂ ਇਸ ਮੁਕਾਮ ਤੱਕ ਪਹੁੰਚੀ ਕਿ ਅੱਜ ਗਾਣੇ ਆਉਣੇ ਸ਼ੁਰੂ ਹੋ ਗਏ। ਸੋ ਜਦੋਂ ਪਹਿਲਾ ਗਾਣਾ ਆਇਆ ਸੀਗਾ ਬਿੱਲੀ ਅੱਖ, ਜਿਹਨੂੰ ਤੁਸੀਂ ਇੰਨਾ ਕੁ ਪਿਆਰ ਦਿੱਤਾ ਸੀ, ਸ਼ਾਇਦ ਜਿੰਨਾ, ਮੈਂ ਸੱਚੀ ਕਹਿ ਰਹੀ ਹਾਂ, ਜਿੰਨਾ ਮੈਂ ਮੇਬੀ ਐਕਸਪੈਕਟ ਨਹੀਂ ਕੀਤਾ ਸੀ, ਤੁਸੀਂ ਓਨਾ ਪਿਆਰ ਦਿੱਤਾ ਸੀਗਾ ਬਿੱਲੀ ਅੱਖ ਗਾਣੇ ਨੂੰ। ਅਤੇ ਉਹ ਗਾਣਾ ਆਇਆ ਸੀਗਾ ਜੀ, ਜੇ ਸ਼ਾਇਦ ਤੁਹਾਨੂੰ ਯਾਦ ਹੋਵੇ ਤਾਂ 13 ਤਰੀਕ ਨੂੰ ਗਾਣਾ ਆਇਆ ਸੀਗਾ ਬਿੱਲੀ ਅੱਖ, ਜਿਹੜਾ ਆਪਣਾ ਸਾਰਿਆਂ ਦਾ ਪਿਆਰ ਸੀਗਾ, ਸਾਰਿਆਂ ਨੇ ਜੋ ਲਾਈਕ ਮਿਲ ਕੇ ਜਿਹੜੀ ਮਿਹਨਤ ਕੀਤੀ ਸੀ ਜੋ ਥੋੜ੍ਹਾ। ਸੋ ਉਹ ਪਹਿਲਾ ਗੀਤ ਆਇਆ ਸੀਗਾ 13 ਤਰੀਕ ਨੂੰ। ਉਸ ਤੋਂ ਬਾਅਦ ਆਇਆ ਗਾਣਾ ਪਟਾਕੇ, ਜਿਹਨੂੰ ਇੰਨਾ ਪਿਆਰ ਦਿੱਤਾ, ਉਹ ਵੀ ਆਇਆ 13 ਤਰੀਕ ਨੂੰ। ਔਰ ਜਿਹੜਾ ਹੁਣ ਗਾਣਾ ਆ ਰਿਹਾ ਜੀ, ਐਲਬਮ ਦਾ ਫਸਟ ਸੌਂਗ ਆ ਰਿਹਾ, ਉਹ ਵੀ ਆ ਰਿਹਾ ਇਸ 13 ਤਰੀਕ ਨੂੰ। ਸੋ ਸਾਰੇ ਜਣੇ ਤੁਸੀਂ ਡੇਟ ਵੀ ਲੋਕ ਕਰ ਲਓ, ਔਰ ਸਾਰਿਆਂ ਨੇ ਇੱਕ ਮਿੰਟ, ਕਿਉਂਕਿ ਇੱਧਰ ਵੀ ਕਮੈਂਟਸ ਆ ਰਿਹਾ, ਇੱਧਰ ਵੀ ਕਮੈਂਟਸ ਆ ਰਿਹਾ, ਅਤੇ ਸਾਰਿਆਂ ਨੇ ਬਹੁਤ ਸਾਰਾ ਪਿਆਰ ਦੇਣਾ ਹੈ, ਸਪੋਰਟ ਕਰਨੀ ਆ, ਕਿਉਂਕਿ ਤੁਸੀਂ ਹੀ ਪਿਆਰ ਦਿੱਤਾ, ਤੁਹਾਡੇ ਪਿਆਰ ਕਰਕੇ ਅੱਜ ਮੈਂ ਇੱਥੇ ਬੈਠੀ ਹਾਂ। ਜੋ ਵੀ ਹਾਂ, ਜੋ ਕੁਛ ਵੀ ਹਾਂ, ਮੈਂ ਜਿੰਨੀ ਕੁ ਵੀ ਹਾਂ, ਸਿਰਫ ਤੁਹਾਡੇ ਕਰਕੇ ਹਾਂ। ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਆ, ਇੰਨੀ ਸਪੋਰਟ ਦਿੱਤੀ ਆ, ਤੁਸੀਂ ਹਰ ਕੋਈ ਵੀ ਕੰਮ ਕਰਦੇ ਹਾਂ, ਤੁਸੀਂ ਇੰਨਾ ਸਪੋਰਟ ਕਰਦੇ ਹੋ, ਤੁਸੀਂ ਸਾਰਿਆਂ ਨੇ ਜਿੰਨਾ ਵੀ ਮੈਨੂੰ ਪਿਆਰ ਦਿੱਤਾ ਉਹ ਮੇਰੇ ਲਈ ਬਹੁਤ ਮਾਇਨੇ ਰੱਖਦਾ। ਇਹ ਮੇਰੇ ਪਰਿਵਾਰ ਤੋਂ ਬਾਅਦ ਜੇ ਮੇਰੇ ਲਈ ਕੁਝ ਇੰਪੋਰਟੈਂਟ ਆ ਤਾਂ ਉਹ ਤੁਸੀਂ ਸਾਰੇ ਹੋ, ਕਿਉਂਕਿ ਇੱਕ ਮੇਰੀ ਫੈਮਿਲੀ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੀ ਇੰਨਾ ਸਪੋਰਟ ਕੀਤਾ, ਆਲਵੇਜ਼ ਬਹੁਤ ਸਾਰਾ ਸਪੋਰਟ ਕੀਤਾ, ਔਰ ਇੱਕ ਤੁਸੀਂ ਸਾਰੇ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਉਂਦਾ। ਮੇਰੀ ਫੈਮਿਲੀ ਨੇ ਮੈਨੂੰ ਇੰਨਾ ਸਪੋਰਟ ਕੀਤਾ, ਮੈਨੂੰ
ਇੱਥੋਂ ਤੱਕ ਪਹੁੰਚਾਇਆ, ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਉਂਦਾ। ਸੋ ਸਾਰਿਆਂ ਦਾ ਉਸ ਪਰਮਾਤਮਾ ਦਾ ਇੰਨਾ ਸਾਰਾ ਥੈਂਕਸ ਕਰਦੀ ਹਾਂ। ਥੈਂਕਸ ਕਰਦੀ ਹਾਂ ਮੇਰੀ ਟੀਮ ਅਮਰ ਆਡੀਓ ਦਾ, ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਹੈ, ਇੰਨੀ ਮਿਹਨਤ ਕੀਤੀ ਆ ਮੇਰੇ 'ਤੇ। ਕਿਉਂਕਿ ਜਦੋਂ ਮੇਰੀਆਂ ਵੀਡੀਓਜ਼ ਵਾਇਰਲ ਹੋਈਆਂ ਸੀ, ਸ਼ਾਇਦ ਉਦੋਂ ਮੈਨੂੰ ਵੀ ਨਹੀਂ ਪਤਾ ਸੀ ਕਿ ਇੰਨਾ ਪਿਆਰ ਦੇਣਾ ਤੁਸੀਂ ਸਾਰਿਆਂ ਨੇ। ਸੋ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਸਪੋਰਟ ਕੀਤੀ ਹੈ, ਸਾਰਿਆਂ ਦਾ ਥੈਂਕਸ ਕਰਦੀ ਹਾਂ। ਔਰ ਕੱਲ੍ਹ ਨੂੰ ਸ਼ਾਮ ਨੂੰ 5 ਵਜੇ ਜਦੋਂ ਗਾਣੇ ਦਾ ਪੋਸਟਰ ਰਿਲੀਜ਼ ਹੋਣਾ, ਅਤੇ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਹੈ ਇੰਸਟਾਗ੍ਰਾਮ 'ਤੇ, ਸਨੈਪਚੈਟ 'ਤੇ। ਮੈਂ ਅਪਲੋਡ ਕਰਾਂਗੀ ਤੁਹਾਡੇ ਸਕਰੀਨਸ਼ੋਟਸ ਜਿਹੜੇ ਹੋਣਗੇ, ਜਿਹੜੇ ਤੁਸੀਂ ਸ਼ੇਅਰ ਕੀਤਾ ਹੋਊਗਾ ਗਾਣੇ ਨੂੰ, ਗਾਣੇ ਦੇ ਪੋਸਟਰ ਨੂੰ। ਅਤੇ ਉਹ ਸਾਰਾ ਮੈਂ ਪੂਰੇ ਨੈਟਵਰਕ 'ਤੇ ਸ਼ੇਅਰ ਕਰਾਂਗੀ, ਵੈਦਰ ਲਾਈਕ ਇਟਸ, ਚਾਹੇ ਉਹ ਫੇਸਬੁੱਕ ਆ, ਚਾਹੇ ਇੰਸਟਾਗ੍ਰਾਮ ਹੈ, ਚਾਹੇ ਸਨੈਪਚੈਟ ਹੈ। ਸੋ ਤੁਸੀਂ ਸਾਰੇ ਜਣੇ ਜ਼ਰੂਰ ਸਪੋਰਟ ਕਰਿਓ, ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਕਮੈਂਟਸ ਆ ਰਹੇ ਆ, ਗੁਰਸੇਵਕ ਰੰਧਾਵਾ, ਲਵ ਯੂ ਆਲਵੇਜ਼ ਸ਼ਰਮਾ ਸਾਹਿਬ, ਹੈ ਥੈਂਕ ਯੂ ਸੋ ਮਚ ਜੀ। ਰਾਹੁਲ ਭਾਰਦਵਾਜ, ਟੋਪ ਲਵਲੀ ਮੋਸਟ ਬਿਊਟੀਫੁਲ ਸਿੰਗਰ ਔਨ ਅਰਥ, ਥੈਂਕ ਯੂ ਸੋ ਮਚ, ਯੂ ਆਰ ਵੈਰੀ ਨਾਈਸ ਸਿੰਗਰ, ਗੋਡ ਬਲੈਸ ਯੂ ਮੋਰ ਫੋਰ ਯੂਰ ਫਿਊਚਰ ਪ੍ਰੋਜੈਕਟਸ। ਅੰਮ੍ਰਿਤ ਸੇਖੋ, ਥੈਂਕ ਯੂ ਸੋ ਮਚ। ਸਾਰਿਆਂ ਦੇ ਬਹੁਤ ਸਾਰੇ ਕਮੈਂਟਸ ਸੋਹਣੇ ਸੋਹਣੇ ਆ ਰਹੇ ਆ। ਪਾਰਥ ਤਲਵਾਰ ਜੀ, ਹੇ ਸੁਨੰਦਾ ਜੀ, ਯੂ ਆਰ ਅਮੇਜ਼ਿੰਗ ਪਰਫੋਰਮਰ, ਬਿਊਟੀਫੁਲ ਐਂਡ ਆ ਕੰਪਲੀਟ ਪੈਕੇਜ, ਗੋਡ ਬਲੈਸ ਯੂ। ਮੈਨੂੰ ਤੁਸੀਂ ਬਣਾਇਆ ਸਾਰਿਆਂ ਨੇ, ਜੋ ਵੀ ਆ, ਕਿਉਂਕਿ ਜਦੋਂ ਮੈਂ ਗਾਣਾ ਸ਼ੂਟ ਕਰ ਰਹੀ ਹੁੰਦੀ ਹਾਂ ਨਾ, ਤਾਂ ਉਦੋਂ ਸਾਰਿਆਂ ਦਾ ਪਿਆਰ ਜਿਹੜਾ ਹੁੰਦਾ ਉਹ ਅੱਖਾਂ ਮੂਹਰੇ ਹੁੰਦਾ, ਉਹ ਦਿਮਾਗ 'ਚ ਵੀ ਹੁੰਦਾ ਕਿ ਸਾਰਿਆਂ ਦੀ ਐਕਸਪੈਕਟੇਸ਼ਨਸ ਕਿੰਨੀਆਂ ਨੇ, ਸਾਰੇ ਕੀ ਐਕਸਪੈਕਟ ਕਰਦੇ ਨੇ, ਉਹ ਸਾਰਾ ਦਿਮਾਗ 'ਚ ਹੁੰਦਾ। ਅਤੇ ਉਹੀ ਚੀਜ਼ ਜਿਹੜੀ ਆ ਮੈਂ ਕੈਮਰੇ ਦੇ ਥਰੂ ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੀ ਹਾਂ। ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਚੰਗਾ ਕੰਮ ਕਰ ਸਕਾਂ, ਜਿੰਨਾ ਕੁ ਵੀ ਕਰ ਸਕਾਂ। ਅਤੇ ਤੁਸੀਂ ਸਾਰੇ ਨੇ ਮੇਰੇ ਗਾਣਿਆਂ ਨੂੰ ਇੰਨਾ ਪਿਆਰ ਦਿੱਤਾ ਆ ਮੈਨੂੰ। ਮੈਂ ਹਲੇ ਕੱਲ੍ਹ ਦੀ ਗੱਲ ਦੱਸਦੀ ਹਾਂ, ਕੱਲ੍ਹ ਇੰਸਟਾਗ੍ਰਾਮ 'ਤੇ ਵੀਡੀਓਜ਼ ਆਈਆਂ ਸੀਗੀਆਂ, ਛੋਟੇ ਛੋਟੇ ਬੱਚੇ ਸੀਗੇ, ਦੋ ਤਿੰਨ ਬੱਚੇ ਸੀਗੇ, ਅਤੇ ਉਹ ਪੂਰਾ ਲਾਈਕ ਬਹੁਤ ਛੋਟੇ ਬੱਚੇ ਸੀਗੇ, ਗਾਣਾ ਗਾ ਰਹੇ ਸੀ ਪੱਕ ਪਾਉਣ ਨੂੰ, ਅਤੇ ਇੱਕ ਬੱਚਾ ਗਾ ਰਿਹਾ ਸੀ, ਇੱਕ ਛੋਟੀ ਬੱਚੀ ਸੀ, ਛੋਟੀ ਜਿਹੀ, ਉਹਨੇ ਲਹਿੰਗਾ ਪਾਇਆ ਹੋਇਆ ਸੀ, ਜੱਟ ਯਮਲਾ ਗਾਣਾ ਗਾ ਰਹੀ ਸੀਗੀ। ਔਰ ਉਹ ਚੀਜ਼ਾਂ ਦੇਖ ਕੇ ਇੰਨੀ ਖੁਸ਼ੀ ਹੁੰਦੀ ਆ ਕਿ ਬੱਚਿਆਂ ਤੱਕ ਇੰਨਾ ਪਿਆਰ ਮਿਲਿਆ ਆ। ਮੇਰੇ ਲਈ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ, ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ, ਤੁਹਾਡੇ ਸਾਰਿਆਂ ਦਾ ਪਿਆਰ ਬਹੁਤ ਮਾਇਨੇ ਰੱਖਦਾ। ਸੋ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦੇ ਪਿਆਰ ਦੇ ਲਈ। ਅਮਨਦੀਪ ਸਿੰਘ, ਸਿਸਟਰ ਆਲ ਦਾ ਬੈਸਟ, ਥੈਂਕ ਯੂ ਸੋ ਮਚ ਬ੍ਰਦਰ। ਤੇਜਿੰਦਰ ਸਿੰਘ ਬਰਾੜ, ਸੋਰੀ ਕਮੈਂਟਸ ਉੱਪਰ ਜਾਈ ਜਾਂਦੇ, ਯੂ ਹੈਵ ਦਾ ਮੋਸਟ ਇਨੋਸੈਂਟ ਐਂਡ ਬਿਊਟੀਫੁਲ ਵੋਇਸ, ਥੈਂਕ ਯੂ ਸੋ ਮਚ। ਰਾਜਵਿੰਦਰ ਜੀ, ਆਮ ਆਲਵੇਜ਼ ਵਿਦ ਯੂ, ਥੈਂਕ ਯੂ। ਤਰਨਜੋਤ ਕੌਰ, ਥੈਂਕਸ ਮੈਮ, ਤੇਰਾ ਨੂੰ ਮੇਰਾ ਬਰਥਡੇ ਵੀ ਆ, ਤੁਸੀਂ ਗਿਫਟ ਦੇ ਦਿੱਤਾ ਮੈਨੂੰ ਐਡਵਾਂਸ ਵਿੱਚ, ਥੈਂਕ ਯੂ ਸੋ ਮਚ। ਓ ਤਰਨਜੋਤ, ਭੈਣੇ ਬਹੁਤ ਸਾਰੀ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਬਰਥਡੇ ਦੀਆਂ, ਆ ਰਿਹਾ ਬਰਥਡੇ, ਅਤੇ ਮੇਰੇ ਵੱਲੋਂ ਜੇ ਇਹ ਗਿਫਟ ਤੁਹਾਨੂੰ ਵਧੀਆ ਲੱਗਾ ਤਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਗਾਣਾ ਦੇਖੋਗੇ ਤਾਂ ਤੁਹਾਨੂੰ ਬਹੁਤ ਵਧੀਆ ਲੱਗੂਗਾ, ਬਹੁਤ ਮਿਹਨਤ ਕੀਤੀ ਹੈ ਗਾਣੇ 'ਤੇ। ਔਰ ਇੱਕ ਚੀਜ਼ ਮੈਂ ਸਾਰਿਆਂ ਨੂੰ ਦੱਸਦਾ ਕਿ ਇਹ 'ਚ ਥੋੜ੍ਹੀ ਜਿਹੀ ਤੁਹਾਨੂੰ ਗਾਣੇ ਦੇ ਵਿੱਚ ਇੱਕ ਡਿਫਰੈਂਟ ਲੁੱਕ ਦੇਖਣ ਨੂੰ ਮਿਲੂਗੀ। ਕੰਮ ਕੀਤਾ ਅਸੀਂ ਸਾਰੀ ਟੀਮ ਨੇ ਰਲ ਕੇ, ਅਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇ ਸਾਰਾ ਸਾਡਾ ਕੰਮ ਕੀਤਾ ਹੋਇਆ। ਐਂਡ ਸ਼ਾਇਨੀ ਬਤਰਾ, ਮਨਪ੍ਰੀਤ ਸਿੱਧੂ, ਮਨਜਿੰਦਰ ਨੱਟ, ਜਸਦੀਪ ਜੀ, ਹਰਸਿਮਰਨ ਬਰਾੜ, ਮਨਜੋਤ ਸਿੰਘ ਭੰਡਾਰੀ, ਮੇਰੇ ਫੇਵਰੇਟ ਸਿੰਗਰ ਹੋ ਸੁਨੰਦਾ ਸ਼ਰਮਾ ਜੀ, ਆਮ ਬਿਗੈਸਟ ਫੈਨ, ਲਵ ਯੂ, ਬਹੁਤ ਸੋਹਣੇ ਲੱਗ ਰਹੇ ਹੋ, ਥੈਂਕ ਯੂ ਜੀ। ਬਾਬਾ ਜੀ ਆਪਕੋ ਸਦਾ ਖੁਸ਼ ਰੱਖੇ ਜੀ, ਗੋਡ ਬਲੈਸ ਯੂ ਮੈਮ, ਆਪਕੀ ਐਲਬਮ ਕਬ ਆ ਰਹੀ ਹੈ ਜੀ, ਆਮ ਵੇਟਿੰਗ, ਐਲਬਮ ਆ ਰਹੀ ਹੈ, ਅਤੇ ਐਲਬਮ ਦਾ ਨੇਮ ਵੀ ਅਸੀਂ ਜਲਦੀ ਰਿਲੀਜ਼ ਕਰਨਾ, ਅਤੇ ਐਲਬਮ ਦਾ ਜਿਹੜਾ ਪਹਿਲਾ ਗੀਤ ਆ ਰਿਹਾ ਉਹ ਕੱਲ੍ਹ ਨੂੰ, ਪਹਿਲੇ ਗੀਤ ਦਾ ਪੋਸਟਰ ਲਾਂਚ ਕਰਨ ਜਾ ਰਹੇ ਹਾਂ ਕੱਲ੍ਹ ਨੂੰ ਸ਼ਾਮ 5 ਵਜੇ। ਸਾਰਿਆਂ ਨੇ ਯਾਦ ਰੱਖਣਾ ਹੈ, 5 ਵਜੇ ਪ੍ਰੋਪਰ 5 ਵਜੇ ਸਾਰਿਆਂ ਨੇ ਪੋਸਟਰ ਦੇਖਣਾ, ਤਾਂ ਮੈਨੂੰ ਫੀਡਬੈਕ ਦੇਣੀ ਹੈ ਆਪਣੀ, ਜ਼ਰੂਰ ਫੀਡਬੈਕ ਦੇਣੀ ਆ ਕਿ ਤੁਹਾਨੂੰ ਪੋਸਟਰ ਕਿਵੇਂ ਲੱਗਾ, ਪੋਸਟਰ ਦੇਖ ਕੇ ਤੁਹਾਨੂੰ ਕੀ ਲੱਗਦਾ ਕਿ ਗਾਣਾ ਕਿਵੇਂ ਦਾ ਹੋਊਗਾ, ਗਾਣੇ ਦੀ ਲੁੱਕ ਤੁਹਾਨੂੰ ਕਿਵੇਂ ਲਾਈਕ, ਇੱਕ ਲੁੱਕ, ਇੱਕ ਝਲਕ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗੀ, ਤਾਂ ਮੈਨੂੰ ਤੁਸੀਂ ਸਾਰਿਆਂ ਨੇ ਆਪਣੀ ਫੀਡਬੈਕ ਜ਼ਰੂਰ ਦੇਣੀ ਆ ਕਿ ਤੁਹਾਨੂੰ ਕਿਵੇਂ ਲੱਗਾ,
ਕਿਉਂਕਿ ਜਦੋਂ ਤੁਸੀਂ ਤੁਹਾਡੀ ਫੀਡਬੈਕ ਸਭ ਤੋਂ ਮਾਇਨੇ ਰੱਖਦੀ ਆ ਸੋ ਸਾਰੇ ਜਾਣੇ ਪਿਆਰ ਨਾਲ ਸ਼ੇਅਰ ਕਰਿਓ ਸ਼ੇਅਰ ਕਰਕੇ ਮੈਨੂੰ ਸਕਰੀਨਸ਼ੋਟਸ ਜ਼ਰੂਰ ਸੈਂਡ ਕਰਨਾ ਐਂਡ ਰਾਹੁਲ ਕਪੂਰ ਸਰਦਾਰ ਗੁਰਮੀਤ ਸਿੰਘ ਧਨ ਵਿਜੇ ਜੀਤ ਸਿੰਘ ਰਾਣਾ ਆਲ ਦਾ ਬੈਸਟ ਯੂ ਆਰ ਮਾਈ ਫੇਵਰੇਟ ਸਿੰਗਰ ਥੈਂਕ ਯੂ ਪੁਨੀਤ ਸ਼ਰਮਾ ਹੈਪੀ ਹੋ ਗਿਆ ਸੰਡੇ ਜੀ ਬੈਸਟ ਆਫ ਲੱਕ ਥੈਂਕ ਯੂ ਸੋ ਮਚ ਜੀ ਸੋਰੀ ਕਮੈਂਟਸ ਪੜ੍ਹੇ ਨਹੀਂ ਜਾ ਰਹੇ ਬਹੁਤ ਸਾਰੇ ਕਮੈਂਟਸ ਆ ਰਹੇ ਉੱਪਰ ਉੱਪਰ ਜਾਈ ਜਾਂਦੇ ਆ ਓਕੇ ਤਾਜ ਨਖੋਰੀਆ ਨਵਜੋਤ ਸਿੰਘ ਜੀ ਯੂ ਆਰ ਲੁੱਕ ਆਲਵੇਜ਼ ਵਰਲਡ ਕੁਈਨ ਥੈਂਕ ਯੂ ਸੋ ਮਚ ਚਿਰਾਗ ਮਲਹੋਤਰਾ ਗੁਰੂ ਸੁਖੀ ਗਿੱਲ ਅੱਜ ਦਾ ਦਿਨ ਬਹੁਤ ਔਖਾ ਲੰਘਿਆ ਜੀ ਤੁਸੀਂ ਲਾਈਵ ਹੋਣਾ ਅੱਜ ਇਸ ਲਈ ਸੁੱਖ ਗਿੱਲ ਥੈਂਕ ਯੂ ਜੀ ਐਂਡ ਥੈਂਕ ਯੂ ਤੁਸੀਂ 5 ਵਜੇ ਤੱਕ ਵੇਟ ਕੀਤੀ ਔਰ ਮੈਂ ਵੀ ਕੋਸ਼ਿਸ਼ ਕੀਤੀ ਕਿ ਪੂਰੇ 5 ਵਜੇ ਮੈਂ ਲਾਈਵ ਹੋ ਸਕਾਂ ਸੋ ਮੀਆਂ ਆਮਿਰ ਸਰਦਾਰ ਹੈਲੋ ਮੈਮ ਹਾਓ ਆਰ ਯੂ ਆਮ ਗੁੱਡ ਆਮ ਯੂਅਰ ਫੈਨ ਫਰੋਮ ਤਲਵੰਡੀ ਪੰਜਾਬ ਪਾਕਿਸਤਾਨ ਹਾਈ ਐਂਡ ਥੈਂਕ ਯੂ ਸੋ ਮੱਚ ਫੋਰ ਯੂਅਰ ਲਵ ਐਂਡ ਸਪੋਰਟ ਹੈਪੀ ਬੈਨੀਪਾਲ ਜ਼ਰੂਰ ਜੀ ਮਨੋਜ ਸਿੰਘ ਭੰਡਾਰੀ ਮਨਿੰਦਰ ਪੈਂਸਿਲ ਆਰਟ ਗਗਨਦੀਪ ਸਿੰਘ ਮਨੀਸ਼ ਸ਼ਰਮਾ ਮੇਰਾ ਕਮੈਂਟ ਹਰ ਵਾਰ ਨਿਕਲ ਜਾਂਦਾ ਸੋ ਸੈਡ ਬਟ ਬੈਸਟ ਵਿਸ਼ਿਜ਼ ਆਲਵੇਜ਼ ਤੁਹਾਡੇ ਨਾਲ ਹੈ ਮਨੀਸ਼ ਸ਼ਰਮਾ ਆਈ ਰੈਡ ਯੂਅਰ ਕਮੈਂਟ ਐਂਡ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਾ ਹੋਊਗਾ ਰੋਹਨ ਸ਼ਰਮਾ ਕੈਨ ਯੂ ਡੂ ਯਾ ਯੂ ਕੈਨ ਕੰਟੈਕਟ ਮੀ ਔਨ ਮਾਈ ਨੰਬਰ ਲਾਈਕ 9023500234 ਇਟਸ ਮਾਈ ਓਫੀਸ਼ੀਅਲ ਨੰਬਰ ਐਂਡ ਯੂ ਕੈਨ ਸੈਂਡ ਯੂਅਰ ਐਨੀ ਆਫ ਲਾਈਕ ਇਫ ਯੂ ਵਾਂਟ ਟੂ ਸੈਂਡ ਯੂਅਰ ਵੀਡੀਓਜ਼ ਐਨੀ ਆਫ ਯੂਅਰ ਡਿਟੇਲ ਯੂ ਕੈਨ ਸੈਂਡ ਦੇਅਰ ਥੈਂਕ ਯੂ ਜ਼ੈਦ ਖਾਨ ਦੈਟਸ ਗੁੱਡ ਮਨਦੀਪ ਸਿੰਘ 3 ਨੂੰ 5 ਵਜੇ ਛੱਕਲ 3 ਤਰੀਕ ਆ ਓਕੇ 3 ਨੂੰ 5 ਵਜੇ ਹੋਣਾ ਪੋਸਟਰ ਰਿਲੀਜ਼ ਮਿੱਤਰੋ ਕਰਨੀ ਹੈ ਸਪੋਰਟ ਠੋਕ ਠੋਕ ਮਿੱਤਰੋ ਕੰਗ੍ਰੈਚੁਲੇਸ਼ਨ ਜੀ ਥੈਂਕ ਯੂ ਸੋ ਮੱਚ ਸਿਮਰਨ ਬਤਰਾ ਮੁੰਬਈ ਲਵ ਆਲਵੇਜ਼ ਵਿਦ ਯੂ ਓ ਥੈਂਕ ਯੂ ਸੋ ਮੱਚ ਆਈ ਹੈਵ ਸ਼ੋਜ਼ ਇਨ ਮੁੰਬਈ ਜ਼ੈਦ ਖਾਈ ਹਨੀ ਆਈ ਜਸਟ ਵਾਂਟ ਟੂ ਯੂ ਨਾ ਦੈਟ ਓਕੇ ਥੈਂਕ ਯੂ ਯੂ ਆਰ ਅਮੇਜ਼ਿੰਗ ਮਿਸ ਪੰਕਜ ਪ੍ਰਜਾਪਤੀ ਥੈਂਕ ਯੂ ਜੀ ਆਸ਼ੀਸ਼ ਧਾਲੀਵਾਲ ਦੀਦੀ ਓ ਆਸ਼ੀਸ਼ ਯੂ ਦੇਅਰ ਆਸ਼ੀਸ਼ ਤੂੰ ਇੱਧਰ ਵੀ ਆ ਸਕਦਾ ਇੱਕੋ ਘਰ 'ਚ ਰਹਿ ਕੇ ਮੈਨੂੰ ਕਮੈਂਟ ਕਰ ਰਿਹਾ ਆਸ਼ੀਸ਼ ਤੁਸੀਂ ਸਾਰੇ ਜਾਣੇ ਆਸ਼ੀਸ਼ ਨੂੰ ਵੀ ਬਹੁਤ ਪਿਆਰ ਦਿੰਦੇ ਹੋ ਉਹਦੇ ਲਈ ਵੀ ਆਸ਼ੀਸ਼ ਵੱਲੋਂ ਵੀ ਥੈਂਕਸ ਤੁਹਾਡਾ ਸਾਰਿਆਂ ਦਾ ਉਹਨੂੰ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਦੀਦੀ ਤੁਸੀਂ ਮੈਨੂੰ ਇੰਨਾ ਮੈਂ ਨਾ ਮੈਨੂੰ ਮੇਰੇ ਸਾਰੇ ਫਰੈਂਡਸ ਪੁੱਛਦੇ ਸੱਚੀ ਤੇਰੇ ਦੀਦੀ ਨੇ ਸੋ ਹਾਂ ਜਿਹੜੇ ਜੇਕਰ ਆਸ਼ੀਸ਼ ਦੇ ਫਰੈਂਡਸ ਦੇਖ ਰਹੇ ਆ ਤਾਂ ਮੈਂ ਸੱਚੀ ਉਹਦੀ ਦੀਦੀ ਹਾਂ ਓਕੇ ਹਿਮਾਂਸ਼ੂ ਸ਼ਰਮਾ ਜੁਆਇਨ ਹੈਲੋ ਹਿਮਾਂਸ਼ੂ ਕੀ ਹਾਲ ਨੇ ਗੁਰਵੀਰ ਗਰੇਵਾਲ ਰੋਮੀ ਸਿੰਘ ਆਮ ਯੂਅਰ ਬਿਗ ਫੈਨ ਮੇਰਾ ਕਮੈਂਟ ਤੁਸੀਂ ਕਦੇ ਨਹੀਂ ਪੜ੍ਹਦੇ ਬੈਸਟ ਆਫ ਲੱਕ ਜੀ ਇੱਦਾਂ ਹੀ ਸਿਰਾ ਕਰਵਾਓ ਜੀ ਰੋਮੀ ਸਿੰਘ ਆਈ ਰੈਡ ਯੂਅਰ ਕਮੈਂਟ ਵਿਸ਼ਾਲ ਸਮਰ ਗਾਬਾ ਅਜੇ ਕੁਮਾਰ ਹੈਲੋ 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 ਅਜੇ ਸੈਂਸੇਸ਼ਨਲ ਸਨੀ ਵਿੱਕੀ ਅਰੋੜਾ ਆਈ ਐਮ ਵਿੱਕੀ ਅਰੋੜਾ ਫਰੋਮ ਅੰਮ੍ਰਿਤਸਰ ਬੈਸਟ ਆਫ ਲੱਕ ਥੈਂਕ ਯੂ ਜੀ ਐਂਡ ਜਿੰਨੇ ਵੀ ਸ਼ੇਅਰ ਕਰ ਰਹੇ ਨੇ ਵੀਡੀਓ ਨੂੰ ਜਿੰਨੇ ਜੁਆਇਨ ਕਰ ਰਹੇ ਨੇ ਮੈਨੂੰ ਉਹਨਾਂ ਸਾਰਿਆਂ ਦਾ ਬਹੁਤ ਸਾਰਾ ਥੈਂਕਸ ਸੋ ਇੱਕ ਵਾਰੀ ਮੈਂ ਫਿਰ ਰਿਪੀਟ ਕਰਦੀ ਹਾਂ ਸਾਰੀ ਡਿਟੇਲ ਕਿ ਐਲਬਮ ਆ ਰਹੀ ਹੈ ਜੀ ਅਤੇ ਐਲਬਮ ਦੇ ਵਿੱਚ ਨੇ ਪੂਰੇ 9 ਗਾਣੇ ਅਤੇ ਉਹਦਾ ਜਿਹੜਾ ਪਹਿਲਾ ਗਾਣਾ ਹੈ ਐਲਬਮ ਦਾ ਉਹ ਅਸੀਂ ਉਸਦਾ ਪੋਸਟਰ ਰਿਲੀਜ਼ ਕਰ ਰਹੇ ਹਾਂ ਪੋਸਟਰ ਕੱਲ੍ਹ ਨੂੰ ਲਾਂਚ ਕਰ ਰਹੇ ਹਾਂ 5 ਵਜੇ ਮੈਨੂੰ ਸਾਰਿਆਂ ਨੇ ਤੁਸੀਂ ਸ਼ੇਅਰ ਕਰਕੇ ਸਕਰੀਨਸ਼ੋਟਸ ਜਿਹੜੇ ਨੇ ਤੁਸੀਂ ਸਾਡੇ ਨੰਬਰ 'ਤੇ ਭੇਜ ਸਕਦੇ ਹੋ ਵੈਸੇ ਤੁਸੀਂ ਟੈਗ ਵੀ ਕਰ ਦਿੰਦੇ ਹੋ ਇੰਸਟਾਗ੍ਰਾਮ ਵਾਲੇ ਟੈਗ ਕਰ ਦਿੰਦੇ ਨੇ ਤੁਸੀਂ ਟੈਗ ਕਰ ਦੇਣਾ ਸਾਰਿਆਂ ਦਾ ਬਹੁਤ ਸਾਰਾ ਥੈਂਕਸ ਹੈ ਇਸ ਚੀਜ਼ ਦੇ ਲਈ ਔਰ ਇੱਕ ਛੋਟੀ ਜਿਹੀ ਚੀਜ਼ ਹੋਰ ਕਰਨੀ ਆ ਪੋਸਟਰ ਦਾ ਸਾਰਿਆਂ ਨੇ ਬੈਨਰ ਬਣਾਉਣਾ ਜੇ ਪੋਸੀਬਲ ਆ ਤਾਂ ਜੇਕਰ ਪੋਸੀਬਲ ਆ ਤਾਂ ਬੈਨਰ ਔਰ ਜੋ ਲਾਈਕ ਸਟੈਂਡੀ ਔਰ ਫਲੈਕਸੀ ਹੁੰਦੀ ਆ ਤੁਸੀਂ ਉਹ ਬਣਾ ਕੇ ਜਿੱਥੇ ਵੀ ਤੁਸੀਂ ਲਗਾ ਸਕਦੇ ਹੋ ਆਪਣੇ ਘਰ 'ਚ ਲਗਾ ਸਕਦੇ ਹੋ ਜਾਂ ਤੁਸੀਂ ਲਾਈਕ ਵੈਦਰ ਐਨੀਵੇਅਰ ਜਿੱਥੇ ਵੀ ਤੁਸੀਂ ਲਗਾ ਸਕਦੇ ਹੋ ਤੁਸੀਂ ਮੈਨੂੰ ਉਹਦੀ ਫੋਟੋਗ੍ਰਾਫਸ ਜ਼ਰੂਰ ਕਲਿੱਕ ਕਰਕੇ ਭੇਜਣੀ ਆ ਉਹ ਕਲਿੱਕ
ਕੀਤੀ ਹੋਈ ਫੋਟੋ ਜਿਹੜੀ ਆ ਮੈਂ ਆਪਦੇ ਪੂਰੇ ਨੈਟਵਰਕਸ 'ਤੇ ਸ਼ੇਅਰ ਕਰਾਂਗੀ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਔਰ ਸਨੈਪਚੈਟ 'ਤੇ, ਔਰ ਸਨੈਪਚੈਟ 'ਤੇ ਜਿੰਨੇ ਵੀ ਮੈਸੇਜਿਸ ਆਉਂਦੇ ਆ ਤੁਹਾਡੇ ਸਾਰਿਆਂ ਦੇ ਨਹੀਂ ਪੜ੍ਹੇ ਜਾਂਦੇ ਸਮਟਾਈਮ ਬਿਕੋਜ਼ ਬਹੁਤ ਜ਼ਿਆਦਾ ਮੈਸੇਜਿਸ ਹੁੰਦੇ ਆ ਔਰ ਉਹਦੇ ਲਈ ਸੋਰੀ ਫੀਲ ਕਰਦੇ ਹਾਂ ਅਗਰ ਕਿਸੇ ਦਾ ਰਿਪਲਾਈ ਨਹੀਂ ਕਰ ਪਾਉਂਦੇ ਤਾਂ, ਐਂਡ ਸਾਰਿਆਂ ਦਾ ਬਹੁਤ ਸਾਰਾ ਥੈਂਕਸ ਕਰਦੀ ਹਾਂ ਮੈਂ, ਐਂਡ ਹਰਸਿਮਰਨ ਬਰਾੜ ਪ੍ਰਭ ਕਰੇਵਾਲ ਸੋ ਸਵੀਟ ਐਂਡ ਕੂਲ, ਥੈਂਕ ਯੂ ਓਕੇ ਜੀ, ਥੈਂਕ ਯੂ ਸੋ ਮੱਚ। ਸੋ ਅੱਛਾ ਹਾਂ, ਮੇਰੀ ਗੱਲ ਵਿੱਚ ਰਹਿ ਗਈ, ਤੁਸੀਂ ਸਾਰਿਆਂ ਨੇ ਮੈਨੂੰ ਫੋਟੋਗ੍ਰਾਫ ਸੈਂਡ ਕਰਨੀ ਆ ਬੈਨਰ ਦੀ, ਅਤੇ ਉਹ ਬੈਨਰ ਜਿਹੜਾ ਆ ਮੈਂ ਸ਼ੇਅਰ ਕਰੂੰਗੀ ਔਰ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਹਾਡਾ ਸਾਰਿਆਂ ਦਾ ਜਿੰਨਾ ਵੀ ਉਹ 'ਚ ਮੈਨੂੰ ਪਿਆਰ ਮਿਲਣਾ, ਉਹਦਾ ਮੈਂ ਬਹੁਤ ਸਾਰਾ ਥੈਂਕਸ ਕਰਦੀ ਹਾਂ। ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਜਦੋਂ ਤੁਸੀਂ ਬਣਾਉਣ ਵਾਲੇ ਹੋ ਸੁਨੰਦਾ, ਜੋ ਵੀ ਆ ਤੁਹਾਡੇ ਕਰਕੇ ਆ, ਤੁਸੀਂ ਹੀ ਬਣਾਇਆ ਇੱਥੋਂ ਤੱਕ ਅਤੇ ਅੱਗੇ ਵੀ ਤੁਸੀਂ ਲੈ ਕੇ ਜਾਣਾ। ਸੋ ਤੁਹਾਡੇ ਸਾਰਿਆਂ ਦਾ ਹਮੇਸ਼ਾ ਹੀ ਮੈਂ ਥੈਂਕਸ ਕਰਦੀ ਰਹਾਂਗੀ, ਜਿੰਨਾ ਥੈਂਕਸ ਕਰਾਂ ਆਈ ਥਿੰਕ ਓਨਾ ਘੱਟ ਆ। ਥੈਂਕਸ ਨਾਲ ਦੀ ਨਾਲ ਕਰਦੀ ਮੈਂ ਆਪਣੇ ਵਾਹਿਗੁਰੂ ਜੀ ਦਾ, ਆਪਣੇ ਪਰਮਾਤਮਾ ਦਾ, ਆਪਣੇ ਮੰਮਾ ਪਾਪਾ ਦਾ, ਪੂਰੀ ਟੀਮ ਦਾ, ਮੇਰੀ ਦਾ, ਅਮਰ ਆਡੀਓ ਦਾ। ਮੇਰੀ ਟੀਮ ਇੰਨੀ ਕੋਆਪਰੇਟਿਵ ਆ ਮੇਰੇ ਨਾਲ, ਅਸੀਂ ਸਾਰੇ ਇੱਕ ਫੈਮਲੀ ਦੀ ਤਰ੍ਹਾਂ ਆ, ਇੰਨਾ ਰਲ ਮਿਲ ਕੇ ਬੜੇ ਸੋਹਣੇ ਤਰੀਕੇ ਨਾਲ ਸਾਰਾ ਕੰਮ ਕਰਦੇ ਹਾਂ। ਸੋ ਸਾਰਿਆਂ ਦੇ ਥੈਂਕਸ ਕਰਦੀ ਹਾਂ ਮੈਂ। ਮੈਂ ਕਈ ਵਾਰੀ ਇਹ ਚੀਜ਼ ਨੂੰ ਸੋਚਦੀ ਹਾਂ ਕਿ ਇੱਕ ਇਨਸਾਨ ਇਕੱਲਾ ਕੁਝ ਨਹੀਂ ਕਰ ਸਕਦਾ, ਉਹ ਇਕੱਲਾ ਕੁਛ ਵੀ ਬਣ ਨਹੀਂ ਸਕਦਾ, ਇਕੱਲਾ ਕੁਛ ਵੀ ਜ਼ਿਆਦਾ ਟਾਈਮ ਲਈ। ਜੇ ਮੈਂ ਕਹਾਂ ਕਿ ਮੈਂ, ਕਿਉਂਕਿ ਕੋਈ ਵੀ ਗੱਲ ਹੋਏ, ਚਾਹੇ ਉਹ ਗਾਣੇ ਦੀ ਗੱਲ ਤਾਂ ਚਲੋ ਇੱਕ ਸਾਈਡ 'ਤੇ, ਅਗਰ ਅਸੀਂ ਪਰਸਨਲੀ ਵੀ ਹਾਂ, ਸਾਰੇ ਟੀਮ ਵਾਲੇ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਨੇ, ਕੋਈ ਵੀ ਕੰਮ ਆ, ਕੁਛ ਵੀ ਆ, ਸਾਰੇ ਇੰਨੀ ਹੈਲਪ ਕਰਦੇ ਨੇ। ਮੈਂ ਕਿਤੇ ਵੀ ਹੋਵਾਂ, ਜੇ ਮੈਂ ਇੱਕ ਵਾਰੀ ਵੀ ਕੋਈ ਗੱਲ ਕਹਾਂ ਤਾਂ ਸਾਰੇ ਜਾਣੇ ਬਹੁਤ, ਮੈਂ ਪੂਰੀ ਟੀਮ ਅਮਰ ਆਡੀਓ, ਜੇ ਤੁਸੀਂ ਦੇਖ ਰਹੇ ਹੋ ਮੈਨੂੰ, ਜਿਹੜੇ ਜਿਹੜੇ ਵੀ ਮੈਨੂੰ ਮੇਰੀ ਟੀਮ 'ਚੋਂ ਦੇਖ ਰਿਹਾ, ਸਾਰਿਆਂ ਦਾ ਬਹੁਤ ਸਾਰਾ ਥੈਂਕਸ ਕਰਦੀ ਹਾਂ। ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ, ਐਂਡ ਇਟਸ ਟਾਈਮ ਟੂ ਸੇ ਬਾਏ ਨਾਓ। ਆਈ ਥਿੰਕ ਮੈਨੂੰ ਜਾਣਾ ਚਾਹੀਦਾ ਬਿਕੋਜ਼ ਸਾਰਿਆਂ ਦਾ ਟਾਈਮ ਬਹੁਤ ਜ਼ਿਆਦਾ ਕੀਮਤੀ ਆ, ਤੁਸੀਂ ਸਾਰਿਆਂ ਨੇ ਕੁਛ ਨਾ ਕੁਛ ਕਰਨਾ ਹੋਊਗਾ। ਅੱਜ ਸੰਡੇ ਆ, ਸੋਰੀ ਜੀ ਮੈਂ ਕਿਸੇ ਦਾ ਥੋੜ੍ਹਾ ਟਾਈਮ ਲੈ ਲਿਆ ਅੱਜ ਸੰਡੇ ਦੇ ਵਿੱਚ, ਉਹਦੇ ਐਂਡ ਆਮ ਸੋਰੀ। ਸ਼ਹਿਬਾਜ਼ ਖਾਨ, ਸੀਰੀਅਸਲੀ ਮੈਮ ਯੂ ਆਰ ਡਰੋਪ ਡੈਟ ਗੋਰਜੀਅਸ, ਲੋਟਸ ਆਫ ਲਵ, ਥੈਂਕ ਯੂ ਸੋ ਮੱਚ ਫੋਰ ਯੋਰ ਲਵ। ਨਿਸ਼ੂ ਮੈਮ ਯੂ ਹੈਵ ਵੈਰੀ ਗੁੱਡ ਨੇਚਰ, ਆਈ ਲਾਈਕ ਯੂ ਸੋ ਮੱਚ। ਓਕੇ ਥੈਂਕ ਯੂ ਨਿਸ਼ੂ। ਸਾਰਾ ਸਨਾ, ਸੰਜਨਾ, ਦੀਪਕ ਸ਼ਰਮਾ, ਰਣਵੀਰ ਸਿੰਘ, ਯੂ ਆਰ ਕਿਊਟ, ਸੌਂਗ ਸਿਲੈਕਸ਼ਨ ਵੀ ਵਧੀਆ ਹੁੰਦੀ ਆ, ਥੈਂਕ ਯੂ। ਜਸਪ੍ਰੀਤ ਸਿੰਘ, ਆਮ ਬਿਗ ਫੈਨ ਆਫ ਸੁਨੰਦਾ ਜੀ, ਤੁਸੀਂ ਬਹੁਤ ਚੰਗੇ ਹੋ। ਓਕੇ ਥੈਂਕ ਯੂ। ਮਨੋਜ ਸਿੰਘ ਜੀ, ਅਭਿਸ਼ੇਕ ਸ਼ਰਮਾ ਜੀ, ਜਤਿਨ ਸ਼ਰਮਾ, ਕਸ਼ਮੀਰੀ ਸਿੰਘ ਕੰਗ, ਦਵਿੰਦਰ ਸਿੰਘ ਢਿੱਲੋਂ, ਲਵੀ ਸਿੱਧੂ। ਸੋ ਜਿੰਨੇ ਦੇ ਵੀ ਮੈਂ ਕਮੈਂਟਸ ਪੜ੍ਹੇ, ਸਾਰਿਆਂ ਦਾ ਜਿਹੜੇ ਕਮੈਂਟਸ ਰਹਿ ਗਏ, ਨਹੀਂ ਪੜ੍ਹੇ ਗਏ, ਉਹਦਾ ਥੈਂਕਸ ਕਰਦੀ ਹਾਂ। ਮੈਂ ਲਾਈਵ ਹੋਣ ਤੋਂ ਬਾਅਦ ਜ਼ਰੂਰ ਸਾਰਿਆਂ ਦੇ ਕਮੈਂਟਸ ਪੜ੍ਹੂੰਗੀ ਕਿ ਕੀ ਆਇਆ ਸੀਗਾ। ਸੋ ਗੁਰਪ੍ਰੀਤ ਥੈਂਕ ਯੂ, ਅੰਕੁਰ ਅਰੋੜਾ, ਯੂ ਆਰ ਲੁਕਿੰਗ ਡੈਮ ਗੋਰਜੀਅਸ ਐਂਡ ਸਵੀਟ ਐਂਡ ਕੂਲ, ਥੈਂਕ ਯੂ। ਮੋਸਟ ਪ੍ਰੀਟੀ ਗਰਲ ਆਈ ਹੈਵ ਐਵਰ ਸੀਨ, ਸੁਨੰਦਾ, ਥੈਂਕ ਯੂ। ਕੌਸ਼ਲ ਅੰਕਲ, ਓਕੇ ਸੋ ਆਈ ਥਿੰਕ ਹੁਣ ਮੈਨੂੰ ਜਾਣਾ ਚਾਹੀਦਾ, ਬਾਏ ਬਾਏ ਕਰਨੀ ਚਾਹੀਦੀ ਹੈ ਸਾਰਿਆਂ ਨੂੰ। ਸੋ ਤੁਸੀਂ ਕੱਲ੍ਹ ਨੂੰ ਜੀ ਪਲੀਜ਼ ਸਾਰਿਆਂ ਨੇ ਪੋਸਟਰ ਦੇਖ ਕੇ ਸ਼ੇਅਰ ਕਰਨਾ ਹੈ, ਸ਼ੇਅਰ ਕਰਕੇ ਮੈਨੂੰ ਟੈਗ ਕਰਨਾ ਹੈ, ਟੈਗ ਕਰਕੇ ਉਹ ਸਕਰੀਨਸ਼ੋਟਸ ਜਿਹੜੇ ਨੇ ਮੈਂ ਸ਼ੇਅਰ ਕਰਾਂਗੀ ਸਾਰੀ ਜਗ੍ਹਾ 'ਤੇ। ਐਂਡ ਜਿਹੜੀ ਮੈਂ ਬੈਨਰ ਵਾਲੀ ਗੱਲ ਕਹੀ ਆ, ਉਹ ਵੀ ਸਾਰਿਆਂ ਨੇ ਯਾਦ ਰੱਖਣੀ ਆ। ਬੈਨਰ ਜਾਂ ਪੋਸਟਰ ਕਹਿ ਸਕਦੇ ਹਾਂ ਅਸੀਂ, ਰਾਈਟ, ਪੋਸਟਰ ਔਰ ਬੈਨਰ, ਵਟ ਐਵਰ ਯੂ ਕੈਨ ਮੇਕ, ਉਹ ਸਾਰੀ ਚੀਜ਼ ਬਣਾ ਕੇ ਤੁਸੀਂ ਮੈਨੂੰ ਫੋਟੋ ਸੈਂਡ ਕਰਨੀ ਆ ਉਹਦੀ। ਅਤੇ ਜਿੱਦਾਂ ਕਲਾਕਾਰਾਂ ਦੇ ਗੀਤ ਜਦੋਂ ਆਉਂਦੇ ਹੁੰਦੇ ਆ ਅਤੇ ਪੋਸਟਰ ਲੱਗਦੇ ਹੁੰਦੇ ਨਾ ਕੰਧਾਂ 'ਤੇ, ਉਹ ਵਾਲੀ ਗੱਲ ਕਹਿ ਰਹੀ ਹਾਂ, ਉਹ ਸਾਰਿਆਂ ਨੇ ਕਰਨੀ ਆ। ਮੈਨੂੰ ਬਹੁਤ ਸ਼ੌਂਕ ਆ ਇਸ ਚੀਜ਼ ਦਾ। ਜਦੋਂ ਮੇਰਾ ਪਹਿਲਾ ਗਾਣਾ ਆਇਆ ਸੀ ਨਾ, ਉਦੋਂ
ਮੈਨੂੰ ਪਤਾ ਨਹੀਂ ਸੀ ਲਾਈਕ ਮੈਨੂੰ 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 ਐਂ ਲੱਗਦਾ ਹੁੰਦਾ ਸੀ ਕਿ ਨਾ ਉਹ ਗਲੀ ਗਲੀ 'ਚ ਪੋਸਟਰ ਲੱਗਦੇ ਹੁੰਦੇ ਆ ਜਾਂ ਸਾਰੀਆਂ ਜਗ੍ਹਾ 'ਤੇ ਉਹ ਹੈ ਨਾ, ਪਰ ਮੈਨੂੰ ਪਤਾ ਨਹੀਂ ਸੀ ਕਿ ਸਿੰਗਲ ਟਰੈਕ ਦਾ ਜਾਂ ਲਾਈਕ ਕੁਝ, ਮੈਨੂੰ ਇੰਨਾ ਜ਼ਿਆਦਾ ਉਹ ਨਹੀਂ ਸੀਗਾ ਉਦੋਂ ਮੇਰੇ ਦਿਮਾਗ 'ਚ ਇਹ ਚੀਜ਼, ਪਰ ਮੈਨੂੰ ਅੱਜ ਹੀ ਹੋਇਆ ਕਿ ਇਹ ਚੀਜ਼ ਤਾਂ ਮੇਰੇ ਸਪੋਰਟਰਸ ਪੂਰੀ ਕਰ ਸਕਦੇ ਆ ਨਾ ਸਾਰੇ ਜਣੇ, ਤੁਸੀਂ ਸਾਰਿਆਂ ਨੇ ਜ਼ਰੂਰ ਕਰਨਾ ਪੋਸਟਰ ਬਣਾ ਕੇ, ਅਤੇ ਜਿੱਥੇ ਵੀ ਤੁਸੀਂ ਲਗਾ ਕੇ ਮੈਨੂੰ ਫੋਟੋ ਸੈਂਡ ਕਰ ਸਕਦੇ ਹੋ ਜ਼ਰੂਰ ਕਰਨੀ ਆ, ਐਂਡ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ। Thank you so much again for your love and support. Sunny Singla, you are looking damn beautiful. Thank you, Gary ji, Sunanda ji. Looking good. Thank you, Prince Arora. And this is very nice, so really. Jinder ji, SK Upal ji. All the very best for your new song. You are brilliant, great work, keep up the good work, bless you, thank you. Jatiyamla suna do, okay, sunaungi zarur. Mera bhi ye, mainu bahut gana pasand hai apna, Jatiyamla. Okay. ਉਹ ਹੋਣਾ ਆਪਣਾ ਵਿਆਹ ਤੇ ਅਲੱਗ ਹਾਣੀਆਂ, ਜਿਹਨੂੰ ਖੜ ਖੜ ਵੇਖੂ ਸਾਰਾ ਜੱਗ ਹਾਣੀਆਂ ਵੇ। ਹੋਣਾ ਆਪਣਾ ਵਿਆਹ ਤੇ ਅਲੱਗ ਹਾਣੀਆਂ, ਜਿਹਨੂੰ ਖੜ ਖੜ ਵੇਖੂ ਸਾਰਾ ਜੱਗ ਹਾਣੀਆਂ। ਪੁਰਾਣੇ ਸਮਿਆਂ ਦੇ ਵਾਂਗ ਹੀ ਤੂੰ ਬਣ ਕੇ ਆ ਜਾਵੀਂ ਜੱਟ ਅਮਲਾ, ਮੁੰਡਿਆ ਛੱਡ ਕੇ ਆਵੀਂ ਵੇ, ਮੁੰਡਿਆ ਛੱਡ ਕੇ ਆਵੀਂ ਵੇ, ਮੇਰੇ ਲਈ ਸੂਹੀ ਪੱਗ ਦਾ ਸ਼ਮਲਾ, ਮੁੰਡਿਆ ਛੱਡ ਕੇ ਆਵੀਂ ਵੇ, ਮੇਰੇ ਲਈ ਸੂਹੀ ਪੱਗ ਦਾ ਸ਼ਮਲਾ। ਓਹੋ ਥੈਂਕ ਯੂ ਬਿੱਲੀ ਅੱਖ ਸੌਂਗ 'ਚ ਭੰਗੜਾ ਅਤੇ ਮੈਮ ਪਟਾਕੇ 'ਚ ਵੀ, ਥੈਂਕ ਯੂ ਸੋ ਮੱਚ ਜੀ। ਇਹਦੇ 'ਚ ਵੀ ਇੱਕ ਡਾਂਸ ਫੋਰਮ ਤੁਹਾਨੂੰ ਦੇਖਣ ਨੂੰ ਮਿਲਣੀ ਆ, ਜਿਹੜਾ ਗਾਣਾ ਅਗਲਾ ਆ ਰਿਹਾ ਇਹਦੇ 'ਚ ਵੀ ਬਹੁਤ ਸੋਹਣਾ ਗਾਣਾ ਦੇ ਵਿੱਚ ਡਾਂਸ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ। ਸੋ ਮੇਰੀ ਪੂਰੀ ਟੀਮ ਨੇ ਤਾਂ ਬਹੁਤ ਮਿਹਨਤ ਕੀਤੀ ਹੈ, ਐਂਡ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਕੰਮ ਪਸੰਦ ਆਵੇ ਗਾਣੇ ਦੇ ਵਿੱਚ ਕੀਤਾ ਹੋਇਆ, ਐਂਡ ਇੱਕ ਲੁੱਕ ਡਿਫਰੈਂਟ ਗਾਣੇ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇ, ਕੋਸ਼ਿਸ਼ ਕਰ ਸਕਦੇ ਹਾਂ ਹਮੇਸ਼ਾ, ਕੋਸ਼ਿਸ਼ ਕਰਦੀ ਹੀ ਰਹੂੰਗੀ ਹਮੇਸ਼ਾ ਕਿ ਤੁਹਾਨੂੰ ਸਾਰਿਆਂ ਨੂੰ ਗਾਣੇ ਦੇ ਨਾਲ ਇੱਕ ਵਿਜ਼ੂਅਲ ਸੈਟਿਸਫਾਈ ਵੀ ਕਰ ਸਕਾਂ, ਇੱਕ ਵਿਜ਼ੂਅਲੀ ਸੈਟਿਸਫੈਕਸ਼ਨ ਵੀ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ 'ਚ। ਸੋ ਮੈਂ ਉਹ ਵੀ ਟਰਾਈ ਕਰਦੀ ਹੁੰਦੀ ਹਾਂ ਕਿ ਤੁਹਾਨੂੰ ਉਹਦੇ 'ਚ ਵੀ ਪੂਰਾ ਤੁਸੀਂ ਸੈਟਿਸਫਾਈ ਹੋ ਸਕੋ, ਐਂਡ ਸੋ ਥੈਂਕ ਯੂ ਸੋ ਮੱਚ। ਨਾਓ ਇਟਸ ਟਾਈਮ ਟੂ ਸੇ ਬਾਏ ਬਾਏ, ਥੈਂਕਸ ਫੋਰ ਯੂਰ ਟਾਈਮ, ਤੁਸੀਂ ਸਾਰੇ ਜਿੰਨੇ ਵੀ ਟਾਈਮ ਕੱਢ ਕੇ ਸਾਡੇ ਫੇਸਬੁੱਕ 'ਤੇ ਵਿਹੜੇ ਆਏ, ਸਾਰਿਆਂ ਦਾ ਬਹੁਤ ਸਾਰਾ ਥੈਂਕਸ, ਅਤੇ ਕੱਲ੍ਹ ਨੂੰ 5 ਵਜੇ ਪੋਸਟਰ ਲਾਂਚ, ਸਾਰਿਆਂ ਨੇ ਜ਼ਰੂਰ ਸ਼ੇਅਰ ਕਰਨਾ ਹੈ। ਥੈਂਕ ਯੂ ਸੋ ਮੱਚ।